ਕਿਤੇ ਸਾਡਾ ਮੇਨ ਗੁਰਦੁਆਰਾ ਹੈਗਾ ਉੱਥੇ ਇਹ ਸਾਰੀ ਚੀਜ਼ਾਂ ਹੋ ਰਹੀਆਂ ਨੇ, ਬੜਾ ਦੁੱਖ ਹੈ। ਦੂਜਾ, ਤੁਹਾਡੇ ਯੂਪੀ ਦੇ ਵਿੱਚ ਤਾਂ ਐਂਟੀ ਕਨਵਰਜਨ ਲਾਅ ਹੈਗਾ, ਪਰ ਪੰਜਾਬ ਦੇ ਵਿੱਚ ਐਂਟੀ ਕਨਵਰਜਨ ਲਾਅ ਨਹੀਂ ਹੈਗਾ, ਜਿਸ ਕਰਕੇ ਲੋਕ ਉੱਥੇ ਬਹੁਤ ਜ਼ਿਆਦਾ ਮਸ਼ਰੂਮ ਕਰ ਰਹੇ ਨੇ, ਬਹੁਤ ਜ਼ਿਆਦਾ ਵੱਧ ਰਹੇ ਨੇ। ਸਾਨੂੰ ਲੋੜ ਹੈ ਇਹਨਾਂ ਨੂੰ ਆਪਣੇ ਨਾਲ ਜੋੜ ਕੇ ਰੱਖੀਏ, ਜਿਸ ਤਰ੍ਹਾਂ ਗੁਰੂ ਸਾਹਿਬ ਨੇ ਕੋਸ਼ਿਸ਼ ਕਰਕੇ ਸਿੱਖ ਪੰਥ ਦੀ, ਖਾਲਸਾ ਪੰਥ ਦੀ ਸਥਾਪਨਾ ਕੀਤੀ, ਅੱਜ ਅਸੀਂ ਉਹਨੂੰ ਵਿਗੜਨ ਨਾ ਦੇਈਏ। ਸਿੱਖ ਨਿਊਜ਼ ਐਕਸਪ੍ਰੈਸ ਦੇ ਵੱਲੋਂ ਪੰਜਾਬ ਦੇ ਵਿੱਚ ਧਰਮ ਪਰਿਵਰਤਨ ਦੀ ਖੇਡ ਤੋਂ ਪਰਦਾ ਉਠਾਉਣ ਵਾਲੀ ਦਸਤਾਵੇਜ਼ੀ ਫਿਲਮ ਦੀ ਕੈਰਿਸਮੈਟਿਕ ਕ੍ਰਿਸਟੀਨਿਟੀ ਇਨ ਪੰਜਾਬ, ਜਿਸਦੀ ਕਿ ਸਪੈਸ਼ਲ ਸਕਰੀਨਿੰਗ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਦੇ ਵਿੱਚ ਮਿਤੀ 22 ਸਤੰਬਰ ਦਿਨ ਐਤਵਾਰ ਨੂੰ ਅਸੀਂ ਗਿਆਨੀ ਮਸਕੀਨ ਜੀ ਹਾਲ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਖੁਲਦਾਬਾਦ ਪ੍ਰਯਾਗਰਾਜ ਵਿਖੇ ਕਰਵਾਈ ਸੀ, ਬੜੀ ਹੀ ਕਾਮਯਾਬੀ ਦੇ ਨਾਲ ਸੰਪੰਨ ਹੋਈ ਹੈ। ਇਸ ਮੌਕੇ ਦੇ ਉੱਪਰ ਖਾਸ ਸੱਦੇ ਦੇ ਉੱਪਰ ਆਏ ਹੋਏ ਪਤਵੰਤੇ ਸੱਜਣਾਂ ਨੇ ਆਪਣੇ ਆਪਣੇ ਕੀਮਤੀ ਵਿਚਾਰ ਦੇ ਕੇ ਸੰਗਤ ਨੂੰ ਨਿਹਾਲ ਵੀ ਕੀਤਾ, ਅਤੇ ਨਾਲ ਹੀ ਨਾਲ ਸਾਨੂੰ ਤੁਹਾਡੇ ਵੱਲੋਂ ਦਿੱਤੀ ਗਈ ਹੱਲਾਸ਼ੇਰੀ ਦੇ ਨਾਲ ਆਉਣ ਵਾਲੇ ਵਕਤ ਦੇ ਵਿੱਚ ਇਸੇ ਪ੍ਰਕਾਰ ਦੇ ਨਾਲ ਹੋਰ ਜੋਸ਼ੋ ਖਰੋਸ਼ ਦੇ ਨਾਲ ਮਿਹਨਤ ਕਰਨ ਦੇ ਵਾਸਤੇ ਪ੍ਰੇਰਿਆ ਵੀ। ਤਾਂ ਸਿੱਖ ਨਿਊਜ਼ ਐਕਸਪ੍ਰੈਸ ਦੀ ਪੂਰੀ ਟੀਮ ਦੇ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਇਸ ਨੂੰ ਮਲਟੀ ਲੈਵਲ ਤੇ ਐਡਰੈਸ ਕਰਨ ਦੀ ਲੋੜ ਹੈ। ਇੱਕ ਤੇ ਜੋ ਵੀ ਵਨਰੇਬਲ ਕਲਾਸ ਹੈਗੀ ਹੈ, ਜੋ ਕਿ ਮਜਬੂਰ ਨੇ, ਜਿਨ੍ਹਾਂ ਕੋਲ ਚੰਗੇ ਹੋਸਪਿਟਲ ਤੱਕ ਜਾਣ ਦੇ ਜਿਨ੍ਹਾਂ ਕੋਲ ਸਹੂਲਤਾਂ ਨਹੀਂ ਹੈਗੀਆਂ, ਉਹਨਾਂ ਨੂੰ ਅਵੇਅਰਨੈਸ ਕ੍ਰੀਏਟ ਕਰਨ ਦੀ ਲੋੜ ਹੈ ਕਿ ਇਹ ਜਿਹੜੀ ਫੇਥ ਹੀਲਿੰਗ ਰਾਹੀਂ ਲੋਕਾਂ ਨੂੰ ਪਰਮਾਉਂਦੇ ਨੇ ਕਿ ਤੁਸੀਂ ਸਾਡੇ ਧਰਮ 'ਚ ਆ ਜਾਓ, ਪ੍ਰੇਅਰ ਕਰੋ ਅਤੇ ਤੁਸੀਂ ਠੀਕ ਹੋ ਜਾਓਗੇ। ਦੂਜਾ, ਤੁਹਾਡੇ ਯੂਪੀ ਦੇ ਵਿੱਚ ਤਾਂ ਐਂਟੀ ਕਨਵਰਜਨ ਲਾਅ ਹੈਗਾ, ਪਰ ਪੰਜਾਬ ਦੇ ਵਿੱਚ ਐਂਟੀ ਕਨਵਰਜਨ ਲਾਅ ਨਹੀਂ ਹੈਗਾ, ਜਿਸ ਕਰਕੇ ਲੋਕ ਉੱਥੇ ਬਹੁਤ ਜ਼ਿਆਦਾ ਮਸ਼ਰੂਮ ਕਰ ਰਹੇ ਨੇ, ਬਹੁਤ ਜ਼ਿਆਦਾ ਵੱਧ ਰਹੇ ਨੇ। 12 ਸਟੇਟਾਂ 'ਚ ਹੈਗਾ, ਬਟ ਪੰਜਾਬ 'ਚ ਨਹੀਂ ਹੈਗਾ ਐਂਟੀ ਕਨਵਰਜਨ ਲਾਅ, ਜਿਹਦੇ ਕਰਕੇ ਇਹ ਖੁੱਲ੍ਹੇਆਮ ਲੋਕਾਂ ਨੂੰ ਕਹਿੰਦੇ ਨੇ ਤੁਸੀਂ ਕਨਵਰਟ ਹੋ ਜਾਓ, ਸ਼ਰੇਆਮ ਲੋਕਾਂ ਨੂੰ ਫਰਮਾਉਂਦੇ ਨੇ ਕਿ ਅਮੀਰ, ਕੀ ਜੱਟ, ਕੀ ਅਰੋੜਾ, ਕੀ ਕੀ ਮਿੱਤਲ, ਹਰ ਬਰਾਦਰੀ ਦੇ ਲੋਕ ਟਾਰਗੇਟ ਹੋ ਰਹੇ ਨੇ। ਉਹਨਾਂ ਨੂੰ ਇਹ ਕਿਹਾ ਜਾਂਦਾ ਜੇ ਤੁਹਾਨੂੰ ਕੋਈ ਬਿਮਾਰੀ ਹੈ, ਉਹ ਬਿਮਾਰੀ ਬਿਮਾਰੀ ਨਹੀਂ ਹੈ, ਉਹ ਇੱਕ ਸ਼ੈਤਾਨੀ ਸ਼ਕਤੀ ਕਰਕੇ ਹੈ, ਅਤੇ ਤੁਸੀਂ ਸਾਡੇ ਤੋਂ ਪ੍ਰੇਅਰ ਕਰਾਓਗੇ ਅਤੇ ਉਹ ਜੀਸਸ ਦੇ ਰਾਹੀਂ ਤੁਹਾਡੀ ਬਿਮਾਰੀ ਠੀਕ ਹੋਏਗੀ। ਅਤੇ ਇਸ ਕਰਕੇ ਲੋਕ ਜਾਂਦੇ ਨੇ, ਜਿਵੇਂ ਵੀਰ ਜੀ ਉਹਨਾਂ ਨੇ ਸ਼ੁਰੂਆਤ 'ਚ ਕਿਹਾ ਸੀ, ਇਹਨਾਂ ਨੇ ਆਡੀਟੋਰੀਅਮ ਦਾ ਆਫਰ ਹੋਇਆ ਪਰ ਇਹਨਾਂ ਨੇ ਹੋਸਪਿਟਲ ਖੋਲ੍ਹਿਆ। ਇਹ ਚੀਜ਼ ਪੰਜਾਬ ਦੇ ਹਰ ਪਿੰਡਾਂ 'ਚ ਹੋਣੀ ਚਾਹੀਦੀ ਹੈ। ਪਿੰਡ ਇੱਕ ਇੱਕ ਪਿੰਡ 'ਚ ਤਿੰਨ ਤਿੰਨ ਚਾਰ ਚਾਰ ਗੁਰਦੁਆਰੇ ਨੇ, ਪਰ ਡਿਸਪੈਂਸਰੀ ਨਹੀਂ ਹੈ, ਹੋਸਪਿਟਲ ਨਹੀਂ ਹੈ। ਤੁਸੀਂ ਬੜੇ ਵਡਭਾਗੀ ਹੋ ਕਿ ਤੁਹਾਡੇ ਕੋਲ ਇੱਦਾਂ ਦੇ ਦੂਰ ਅੰਦੇਸ਼ੀ ਵਾਲੇ ਟਰੱਸਟੀ ਹੈਗੇ ਨੇ, ਲੀਡਰ ਹੈਗੇ ਨੇ, ਜੋ ਕਿ ਕੌਮ ਦੀ ਅਗਵਾਈ ਕਰ ਰਹੇ ਨੇ, ਜਿਨ੍ਹਾਂ ਨੇ ਹੋਸਪਿਟਲ ਖੋਲ੍ਹੇ ਹੈ ਅਤੇ ਇੱਦਾਂ ਦੇ ਸੈਮੀਨਾਰਸ ਕਰਾ ਰਹੇ ਨੇ, ਬਟ ਅਨਫੋਰਚੁਨੇਟਲੀ ਪੰਜਾਬ 'ਚ ਇਹ ਚੀਜ਼ਾਂ ਨਹੀਂ ਹੁੰਦੀਆਂ। ਸੋ ਤਾਂ ਕਰਕੇ ਸਾਡੀ ਜਿਹੜੀ ਸਿੱਖ ਸੰਸਥਾਵਾਂ ਹੈਗੀਆਂ ਨੇ, SGPC ਹੈਗੀ ਹੈ, ਹੋਰ ਸੰਸਥਾਵਾਂ ਨੇ, ਉਹਨਾਂ ਨੂੰ ਅੱਗੇ ਆਉਣ ਦੀ ਲੋੜ ਹੈ। ਡਾਕੂਮੈਂਟਰੀ ਜਿਹੜੀ ਕੀਤੀ ਹੈਗੀ ਹੈ, ਇਹ ਬਹੁਤ ਹੀ ਨੌਲੇਜਬਲ ਦੀ ਚੀਜ਼ ਹੈਗੀ, ਸਾਡੀ ਅਵੇਕਨਿੰਗ ਹੀ ਹੈ, ਸਾਡੀ ਸਪੈਸ਼ਲੀ ਸਿੱਖ ਕਮਿਊਨਿਟੀ ਵਾਸਤੇ। ਬਹੁਤ ਹੈਰਾਨਗੀ ਦੀ ਗੱਲ ਹੈ, ਅੰਮ੍ਰਿਤਸਰ ਵਿੱਚ ਜਿੱਥੇ ਸਾਡਾ ਮੇਨ ਗੁਰਦੁਆਰਾ ਹੈਗਾ, ਉੱਥੇ ਇਹ ਸਾਰੀ ਚੀਜ਼ਾਂ ਹੋ ਰਹੀਆਂ ਨੇ, ਬੜਾ ਦੁੱਖ ਹੈ। ਉੱਥੇ ਦੇ ਲੋਕਾਂ ਨੂੰ ਜ਼ਿਆਦਾ ਜਾਗਰੂਕਤੀ ਹੋਣੀ ਚਾਹੀਦੀ ਹੈ ਕਿ ਨਾ ਵੀ ਇਹ ਸਭ ਚੀਜ਼ਾਂ ਉੱਥੇ ਹੋਣੀ ਨਹੀਂ ਚਾਹੀਦੀਆਂ, ਇੱਥੇ ਇਹਦੇ ਅਵੇਕਨਿੰਗ ਜ਼ਿਆਦਾ ਹੋ ਰਹੀ ਹੈ। ਜੋ ਇਸ ਵਿਸ਼ੇ 'ਤੇ ਸ਼ੋਧ ਕੀਤੀ ਹੈ ਉਹ ਸੱਚੀ ਬਹੁਤ ਪ੍ਰਭਾਵਸ਼ਾਲੀ ਹੈ, ਮੋਟੀਵੇਸ਼ਨਲ ਹੈਗੀ ਹੈ। ਜੋ ਗੁਰਮਤਿ ਦੇ ਬਹੁਤ ਨੇੜੇ ਹੈ, ਬਹੁਤ ਸਾਧਕ ਹੈ, ਉਹਨਾਂ ਨੂੰ ਇਹ ਗੱਲਾਂ ਬਹੁਤ ਸਮਝ ਆਉਣਗੀਆਂ, ਕਿਉਂਕਿ ਅੱਜ ਜੋ ਸਿੱਖ ਹੈ ਉਹ ਸਿਧਾਂਤਾਂ ਤੋਂ ਫਿਲੋਸਫੀ ਤੋਂ ਟੁੱਟ ਰਿਹਾ, ਜੋ ਸਿੱਖ ਸਿਧਾਂਤਾਂ 'ਤੇ ਆਧਾਰਿਤ ਨੇ। ਕਹਿੰਦੇ ਨੇ ਨਾ, ਦੇਖਾ ਦੇਖੀ ਸਭ ਕਰੇ, ਗੁਰਮੁਖ ਬੂਝ ਨਾ ਪਾਏ, ਮਨਮੁਖ ਬੂਝ ਨਾ ਪਾਏ। ਅਸੀਂ ਸਾਰਾ ਕੁਛ ਦੇਖਾ ਦੇਖੀ ਕਰ ਰਹੇ ਹਾਂ, ਅਸੀਂ ਉਸ ਚੀਜ਼ ਨੂੰ ਸਮਝਦੇ ਨਹੀਂ ਹਾਂ
ਉਸ ਚੀਜ਼ ਨੂੰ ਜਾਣ ਨਹੀਂ ਪਾਉਂਦੇ ਆ ਕਿ ਇਹ ਕਿਉਂ ਹੋ ਰਹੀਆਂ ਨੇ, ਕਿਉਂ ਨਹੀਂ ਹੋ ਰਹੀਆਂ ਨੇ, ਉਸ ਤੋਂ ਪਿੱਛੇ ਜੋ ਤਰਕ ਹੈਗਾ ਉਸ ਨੂੰ ਸਮਝ ਨਹੀਂ ਪਾ ਰਿਹਾ। ਅਗਰ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਪੜ੍ਹੋਗੇ, ਉਸਨੂੰ ਵਿਚਾਰੋਗੇ, ਉਸਨੂੰ ਮਾਣੋਗੇ, ਉਸਨੂੰ ਵਿਚਾਰ ਵਟਾਂਦਾ ਕਰੋਗੇ ਔਰ ਉਸਦਾ ਪ੍ਰਚਾਰ ਕਰੋਗੇ, ਤਾਂ ਮੈਨੂੰ ਲੱਗਦਾ ਹੈ ਇਹ ਸਾਰੀ ਚੀਜ਼ਾਂ ਇੱਥੇ ਤੱਕ ਅਸੀਂ ਪਹੁੰਚਾਂਗੇ ਹੀ ਨਹੀਂ। ਮੈਨੂੰ ਲੱਗਦਾ ਹੈ ਤੁਹਾਡੇ ਲੋਕਾਂ ਦੀ ਜਿੰਨੀ ਤੁਸੀਂ ਮਿਹਨਤ ਕਰਦੇ ਪਏ ਹੋ ਬਹੁਤ ਚੰਗਾ ਕਰਦੇ ਪਏ ਹੋ। ਇਹ ਤੁਸੀਂ ਜਿਹੜੇ ਅਵੇਕਨਿੰਗ ਲਿਆਏ ਹੋ ਲੋਕਾਂ 'ਚ ਫੈਲਾਓ, ਅਸੀਂ ਵੀ ਆਪਣੇ ਪਾਸੇ ਇਹ ਕੋਸ਼ਿਸ਼ ਕਰਾਂਗੇ ਜ਼ਿਆਦਾ ਤੋਂ ਜ਼ਿਆਦਾ ਵੱਧ ਤੋਂ ਵੱਧ ਲੋਕਾਂ ਨੂੰ ਆਪਣੀ ਕਮਿਊਨਿਟੀ 'ਚ ਲੋਕਾਂ ਨੂੰ ਇਸ ਚੀਜ਼ ਦੀ ਜਾਗਰੂਕਤਾ ਹੋਵੇ। ਜਿਹੜਾ ਕਿ ਇਹ ਉਪਰਾਲਾ ਕੀਤਾ ਗਿਆ ਹੈ ਪੰਜਾਬ ਵਿੱਚ ਜਿਹੜੇ ਹਾਲਾਤ ਹੈਗੇ ਨੇ ਉਹਨਾਂ ਨੂੰ ਉਸ ਨੂੰ ਦਿਖਾਉਣ ਦਾ, ਅੱਜ ਇਹਦੀ ਲੋੜ ਵੀ ਬਹੁਤ ਹੈ ਕਿਉਂਕਿ ਬਹੁਤ ਸਾਰੇ ਪਰਿਵਾਰ ਪੰਜਾਬ 'ਚ ਇਸ ਤਰ੍ਹਾਂ ਦੇ ਹੈਗੇ ਨੇ ਜਿਹੜੇ ਕਿ ਈਸਾਈ ਧਰਮ ਦੀ ਤਰਫ ਜਾ ਰਹੇ ਨੇ। ਸਾਨੂੰ ਲੋੜ ਹੈ ਇਹਨਾਂ ਨੂੰ ਆਪਣੇ ਨਾਲ ਜੋੜ ਕੇ ਰੱਖੀਏ, ਜਿਸ ਤਰ੍ਹਾਂ ਗੁਰੂ ਸਾਹਿਬ ਨੇ ਕੋਸ਼ਿਸ਼ ਕਰਕੇ ਸਿੱਖ ਪੰਥ ਦੀ ਖਾਲਸਾ ਪੰਥ ਦੀ ਸਥਾਪਨਾ ਕੀਤੀ, ਅੱਜ ਅਸੀਂ ਉਹਨੂੰ ਵਿਗੜਨ ਨਾ ਦੇਈਏ। ਜੇਕਰ ਇਹ ਹੋਏਗਾ ਤਾਂ ਇਹ ਗੁਰੂ ਮਹਾਰਾਜ ਦਾ ਖਾਲਸਾ ਪੰਥ ਜਿਹੜਾ ਬਣਿਆ ਹੈ, ਗੁਰੂ ਸਾਹਿਬ ਨੇ ਜਿਹੜਾ ਖਾਲਸਾ ਪੰਥ ਰਚਾਇਆ ਹੈ, ਇਹ ਉਸ ਨੂੰ ਤੋੜਨ ਦੀ ਸਾਜਿਸ਼ ਹੈ। ਜੇ ਉਹ ਲੋਕ ਇਸ 'ਚ ਕਾਮਯਾਬ ਹੋ ਗਏ ਤਾਂ ਗੁਰੂ ਸਾਹਿਬ ਨੇ ਜਿਹੜਾ ਖਾਲਸਾ ਪੰਥ ਥਾਪਿਆ ਸੀਗਾ ਇਹ ਉਹਦੀ ਬੇਦਬੀ ਹੈ। ਅਤੇ ਪੂਰੀ ਸੰਗਤ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਵੱਧ ਤੋਂ ਵੱਧ ਕੋਸ਼ਿਸ਼ ਕਰੋ ਕਿ ਅਗਰ ਤੁਹਾਨੂੰ ਪਤਾ ਚੱਲਦਾ ਹੈ ਕੋਈ ਇੱਕ ਪਰਿਵਾਰ ਵੀ ਇਸ ਤਰ੍ਹਾਂ ਦਾ ਭਟਕ ਰਿਹਾ ਹੈ, ਉਹਨੂੰ ਆਪਣੇ ਨਾਲ ਜੋੜੋ, ਉਹਨੂੰ ਆਪਣੇ ਦਿਲ ਤੋਂ ਲਗਾ ਕੇ ਰੱਖੋ, ਉਹਨੂੰ ਗੁਰੂ ਘਰ ਨਾਲ ਜੋੜੋ। ਅੱਜ ਡਾਕੂਮੈਂਟਰੀ ਫਿਲਮ ਜਿਹੜੀ ਭਾਈ ਸਾਹਿਬ ਨੇ ਬਣਾਈ ਹੈ ਇਲਾਹਾਬਾਦ ਵਿੱਚ, ਉਹਦਾ ਬਹੁਤ ਸਾਰਾ ਫਾਇਦਾ ਸਾਡੀ ਸੰਗਤ ਨੂੰ ਹੋਏਗਾ। ਇਲਾਹਾਬਾਦ ਵਿੱਚ ਸਿੱਖ ਸੰਗਤ ਬਹੁਤ ਹੀ ਗੁਰੂ ਸਾਹਿਬ ਦੇ ਘਰ ਨਾਲ ਜੁੜੀ ਹੋਈ ਹੈ ਔਰ ਕੋਈ ਵੀ ਇਹਦੇ ਵਿੱਚ ਦਖਲ ਨਹੀਂ ਦੇ ਸਕਦਾ ਸਾਨੂੰ। ਅਸੀਂ ਦ੍ਰਿੜ ਵਿਸ਼ਵਾਸ ਰੱਖਦੇ ਹਾਂ ਔਰ ਸਿੱਖੀ ਦਾ ਜਿਹੜਾ ਸਰੂਪ ਹੈਗਾ ਉਹ ਇਲਾਹਾਬਾਦ ਤੁਹਾਨੂੰ ਸਭ ਤੋਂ ਜ਼ਿਆਦਾ ਮਿਲੇਗਾ। ਬਹੁਤ ਅੱਛੀ ਡਾਕੂਮੈਂਟਰੀ, ਇਹਦੇ ਦੁਆਰਾ ਕਮ ਸੇ ਕਮ ਬੱਚਿਆਂ ਦੇ ਅੰਦਰ ਅਵੇਅਰਨੈਸ ਆਏਗੀ, ਜਾਗਰੂਕਤਾ ਆਏਗੀ ਔਰ ਇਸ ਜਾਗਰੂਕਤਾ ਨਾਲ ਸਾਨੂੰ ਧਰਮ ਤੋਂ ਭ੍ਰਸ਼ਟ ਨਹੀਂ ਹੋਵਾਂਗੇ, ਭਟਕਾਂਗੇ ਨਹੀਂ। ਇਲਾਹਾਬਾਦ ਸ਼ਹਿਰ ਦੇ ਅੰਦਰ ਵੀ ਇਹ ਚੰਗਾਈ ਦਾ ਕਾਰਜਕ੍ਰਮ ਚੱਲ ਰਿਹਾ ਹੈ ਔਰ ਉਹਦੇ ਵਿੱਚ ਬਹੁਤ ਪੁਰਾਣੀ ਗੱਲ ਹੈ, ਇੱਥੋਂ ਦੇ ਸਾਡੇ ਪੂਰਵ ਪ੍ਰਧਾਨ ਸਰਦਾਰ ਜੋਗਿੰਦਰ ਸਿੰਘ ਜੀ, ਹਰਜਿੰਦਰ ਸਿੰਘ ਦੇ ਫਾਦਰ ਜੀ, ਉਹਨਾਂ ਨੇ ਇੱਕ ਵਾਰੀ ਇੱਕ ਪ੍ਰੋਗਰਾਮ ਦੇ ਦੌਰਾਨ ਸੰਦੇਸ਼ ਦਿੱਤਾ ਸੀਗਾ ਕਿ ਇਸ ਤਰ੍ਹਾਂ ਦੇ ਕੰਮ ਜਿਹੜਾ ਤੁਸੀਂ ਕਰ ਰਹੇ ਹੋ ਇਹ ਤੁਸੀਂ ਨਾ ਕਰੋ, ਅਤੇ ਉਹ ਲੋਕ ਸਾਡੀ ਕਮਿਊਨਿਟੀ ਵਿੱਚ ਤਾਂ ਨਹੀਂ ਆਏ ਲੇਕਿਨ ਅਦਰ ਕਮਿਊਨਿਟੀ ਜਿਹੜੇ ਗਰੀਬ ਅਨੁਸੂਚਿਤ ਜਾਤੀ ਪਿਛਲੇ ਸਲੰਬ ਵਾਲੇ ਬੱਚੇ ਨੇ ਉਹਨਾਂ ਲੋਕਾਂ ਨੂੰ ਇਹਨਾਂ ਨੇ ਵਰਮਿਤ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਤੁਹਾਡੀ ਇਸ ਡਾਕੂਮੈਂਟਰੀ ਨਾਲ ਬਹੁਤ ਜ਼ਿਆਦਾ ਪ੍ਰੇਰਨਾ ਮਿਲੇਗੀ, ਬੱਚੇ ਭਟਕਣਗੇ ਨਹੀਂ। ਮੈਂ ਇਹ ਚਾਹਾਂਗਾ ਕਿ ਤੁਸੀਂ ਇਹਨੂੰ ਕਰੀਬ ਹਰ ਸ਼ਹਿਰ ਦੇ ਅੰਦਰ ਇਹਨੂੰ ਦਿਖਾਓ ਔਰ ਜੋ ਵੀ ਇਹਦੇ ਸਾਡੇ ਲੋਕਾਂ ਦਾ ਸਹਿਯੋਗ ਹੈ ਇਸ ਲੋਕ ਵੀ ਕਰਾਂਗੇ। ਇਸ ਡਾਕੂਮੈਂਟਰੀ ਨਾਲ ਸਾਨੂੰ ਸਾਡੇ ਬੱਚਿਆਂ ਨੂੰ ਬਹੁਤ ਹੀ ਫਾਇਦਾ ਹੋਏਗਾ। ਅਸੀਂ ਦ੍ਰਿੜ ਵਿਸ਼ਵਾਸ ਕਰਦੇ ਹਾਂ ਕਿ ਤੁਹਾਡਾ ਜਿਹੜਾ ਏਮ ਚੱਲ ਰਿਹਾ ਹੈ, ਤੁਹਾਡਾ ਚੱਲ ਰਿਹਾ, ਉਹਨੂੰ ਤੁਸੀਂ ਦੁਨੀਆ ਤੱਕ ਫੈਲਾਉਣ ਦੀ ਕੋਸ਼ਿਸ਼ ਕਰੋਗੇ ਔਰ ਦੁਨੀਆ ਉਸ ਤੋਂ ਲਾਭ ਉਠਾਏਗੀ। ਜਿਹੜੇ ਬੱਚੇ ਸਾਡੇ ਨਹੀਂ ਪਹੁੰਚ ਸਕੇ, ਕੁਝ ਇਗਜ਼ਾਮ ਕਰਕੇ ਕੱਲ੍ਹ ਪੇਪਰ ਨੇ, ਕੁਝ ਨੇ, ਕੁਝ ਬੱਚੇ ਨਹੀਂ ਆ ਸਕੇ, ਕਿਸੇ ਸਾਧਨ ਦੇ ਥਰੂ ਕੇ ਬੱਚੇ ਘਰ ਬਹਿ ਕੇ ਵੀ ਇਹ ਦੇਖ ਸਕਣ, ਅਗਰ ਤੁਹਾਡੇ ਕੋਲ ਕੋਈ ਹੋਏ ਤੁਸੀਂ ਇਹ ਪਾ ਦੇਣਾ, ਕਿਉਂਕਿ ਸਾਰੇ ਫੈਮਿਲੀ ਸਾਰੇ ਬੱਚੇ ਅਸੀਂ ਉਹਦਾ ਲਾਭ ਉਠਾ ਚੁੱਕੀ ਹੈ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਔਰ ਅਸੀਂ ਕਿਸੇ ਵੀ ਧਰਮ ਦੇ ਖਿਲਾਫ ਨਹੀਂ, ਲੇਕਿਨ ਅਸੀਂ ਆਪਣੇ ਧਰਮ 'ਚ ਇੰਨੇ ਪੱਕੇ ਹਾਂ ਕਿ ਅਸੀਂ ਤਸ ਤੋਂ ਮਸ ਨਹੀਂ ਹੋ ਸਕਦੇ। ਜਿਹੜੀਆਂ ਕੌਮਾਂ ਜਾਗਰੂਕ ਰਹਿੰਦੀਆਂ ਨੇ ਉਹਨਾਂ ਨੂੰ ਕੋਈ ਠੱਗ ਨਹੀਂ ਸਕਦਾ। ਸਾਡੀ ਕੌਮ ਬੜੀ ਜਾਗਰੂਕ ਕੌਮ ਹੈਗੀ, ਸਾਨੂੰ ਗਰਵ ਹੈ ਆਪਣੀ ਕੌਮ 'ਤੇ, ਆਪਣੀ ਕਮਿਊਨਿਟੀ 'ਤੇ, ਆਪਣੇ ਆਗੂਆਂ 'ਤੇ ਬੜਾ ਗਰਵ ਹੈ ਜਿਹੜੇ ਇਸ ਪ੍ਰਯਾਸ 'ਤੇ ਲੱਗੇ। ਸਾਡੇ ਆਗੂਆਂ ਨੇ ਪਹਿਲੇ ਤੋਂ ਹੀ ਹੋਸਪਿਟਲ ਤੁਹਾਨੂੰ ਦੇ ਦਿੱਤਾ, ਤੁਸੀਂ ਆਪਣਾ ਇਲਾਜ ਕਰਾ ਸਕਦੇ ਹੋ, ਸਕੂਲ ਦੇ ਦਿੱਤਾ ਤੁਸੀਂ ਪੜ੍ਹ ਸਕਦੇ ਹੋ, ਐਜੂਕੇਸ਼ਨ ਵਾਸਤੇ ਅਸੀਂ ਸਾਰੇ ਲੱਗੇ ਹਾਂ, ਇੰਨੀ ਮਿਹਨਤ ਕਰਕੇ ਅਸੀਂ ਅੱਗੇ ਆਏ ਹਾਂ। ਅਸੀਂ ਬੁਲਾਉਂਦੇ ਹਾਂ ਆਪਣੇ ਬੱਚਿਆਂ ਨੂੰ, ਆਪਣੇ ਨਵੀਂ ਪਨੀਰੀ ਨੂੰ ਬੁਲਾਉਂਦੇ ਹਾਂ,
ਜਿਹਨੂੰ ਕਿਸੇ ਤਰੀਕੇ ਦੀ ਕੋਈ ਵੀ ਲੋੜ ਹੋਵੇ ਉਹ ਅੱਗੇ ਆਵੇ। ਕਿਸੇ ਨੂੰ ਕਿਸੇ ਵਪਾਰ ਦੀ ਲੋੜ ਹੈ, ਕਿਸੇ ਨੂੰ ਦਵਾ ਇਲਾਜ ਦੀ ਲੋੜ ਹੈ, ਕਿਸੇ ਨੂੰ ਐਜੂਕੇਸ਼ਨ ਦੀ ਲੋੜ ਹੈ, ਹਰ ਜਗ੍ਹਾ ਤੁਹਾਡੀ ਕੌਮ ਤੁਹਾਡੇ ਨਾਲ ਖੜੀ ਹੈ। ਤੁਸੀਂ ਗੁਰੂ ਗੋਬਿੰਦ ਸਿੰਘ ਦਾ ਸਿੱਖ ਹੋ, ਤੁਹਾਨੂੰ ਕਿਸੇ ਚੀਜ਼ ਦਾ ਕੋਈ ਘਾਟਾ ਨਹੀਂ ਹੈ, ਤੁਸੀਂ ਅੱਗੇ ਵੱਧ ਕੇ ਆਓ, ਤੁਹਾਡੀ ਸਾਰੀ ਮਦਦ ਕੀਤੀ ਜਾਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਭਾ, ਗੁਰਦੁਆਰਾ ਸਿੰਘ ਸਭਾ ਅਤੇ ਹਰਜਿੰਦਰ ਵੀਰ ਜੀ ਔਰ ਉਹਨਾਂ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਉਹਨਾਂ ਨੇ ਉਪਰਾਲਾ ਕੀਤਾ। ਅਤੇ ਸਾਨੂੰ ਇਹ ਜਿਹੜੀ ਡਾਕੂਮੈਂਟਰੀ ਹੈ ਬਣਾਉਂਦੇ ਬਣਾਉਂਦੇ ਘੱਟੋ ਘੱਟ 1.5 to 2 years ਲੱਗੇ ਅਤੇ ਬੜੀ ਮਿਹਨਤ ਲੱਗੀ ਇਹਦੇ ਪਿੱਛੇ। ਅਸੀਂ ਇਹਨਾਂ ਦੇ ਕੈਂਪਸ ਦੇ ਵਿੱਚ ਜਾ ਕੇ, ਇਹਨਾਂ ਦੇ ਪੰਡਾਲਾਂ ਦੇ ਵਿੱਚ ਜਾ ਕੇ ਸਾਰੀ ਚੀਜ਼ਾਂ ਕੀਤੀਆਂ ਅਤੇ ਪੂਰਾ ਰਿਸਰਚ ਕੀਤਾ ਇਹਦੇ ਵਿੱਚ। ਅਤੇ ਸਾਡੇ 5 ਮੈਂਬਰ ਜਿਹੜੇ ਟੀਮ ਦੇ ਸਨ ਉਹ ਹਰ ਟਾਈਮ ਪੰਜਾਬ ਦੇ ਵਿੱਚ ਇਸੀ ਦੇ ਗਰਾਊਂਡ 'ਤੇ ਲੱਗੇ ਰਹਿੰਦੇ ਸਨ। ਪਲੱਸ ਉਸ ਤੋਂ ਇਲਾਵਾ ਸਾਡੇ 20 to 22 ਬੰਦੇ ਹੈਗੇ ਸਨ ਜਿਹੜੇ ਸਾਡੇ ਕੰਟੈਕਟ ਦੇ ਵਿੱਚ ਰਹਿੰਦੇ ਸਨ, ਜਿਨ੍ਹਾਂ ਨੇ ਅਤੇ ਕਾਫੀ ਮਿਹਨਤ ਕਰਕੇ ਚੀਜ਼ ਬਣਾਈ ਹੈ। ਅਤੇ ਰਿਕੁਐਸਟ ਕਰਾਂਗੇ ਤੁਹਾਨੂੰ ਵੱਧ ਤੋਂ ਵੱਧ ਲੋਕਾਂ ਦੇ ਨਾਲ ਸ਼ੇਅਰ ਕਰੋ ਅਤੇ ਲੋਕ ਇਹਦੇ ਇਸ ਡਾਕੂਮੈਂਟਰੀ ਦੇ ਥਰੂ ਉਹਨਾਂ ਨੂੰ ਅਵੇਅਰਨੈਸ ਹੈ, ਉਹਨਾਂ ਦੇ ਵਿੱਚ ਜਾਗਰੂਕਤਾ ਹੈ ਅਤੇ ਉਹ ਇੱਦਾਂ ਭਰਮਾਏ ਨਾ ਜਾਣ। ਅਸੀਂ ਤੁਹਾਡੇ ਇਲਾਹਾਬਾਦ ਦੀ ਸੰਗਤ ਦੇ ਵੱਲੋਂ ਬਹੁਤ ਬਹੁਤ ਆਭਾਰੀ ਹਾਂ। ਤੁਸੀਂ ਇਹ ਰਿਪੋਰਟ ਸ਼ੇਰ ਦੇ ਜਬੜੇ 'ਚੋਂ ਕੱਢ ਕੇ ਆਈਏ, ਤੁਸੀਂ ਇੰਨਾ ਰਿਸਕ ਲੈ ਕੇ ਸਟਿੰਗ ਓਪਰੇਸ਼ਨ ਕਰਕੇ ਇੰਨੀ ਵਧੀਆ ਰਿਪੋਰਟ ਤਿਆਰ ਕੀਤੀ, ਸਾਨੂੰ ਜਾਗਰੂਕ ਕੀਤਾ, ਸਾਡੀ ਸੰਗਤ ਨੂੰ ਜਾਗਰੂਕ ਕੀਤਾ, ਅਸੀਂ ਬਹੁਤ ਬਹੁਤ ਧੰਨਵਾਦੀ ਹਾਂ। ਔਰ ਅੱਗੇ ਬਾਬੇ ਅੱਗੇ ਅਰਦਾਸ ਕਰਨਾ, ਤੁਸੀਂ ਅੱਗੇ ਵੀ ਇਸੇ ਤਰੀਕੇ ਕੌਮ ਦੀ ਸੇਵਾ ਕਰੋ, ਕੌਮ ਤੁਹਾਨੂੰ ਆਸ਼ੀਰਵਾਦ ਬਖਸ਼ੇ, ਚੜ੍ਹਦੀਆਂ ਕਲਾ ਬਖਸ਼ੇ। ਡਿਜੀਟਲ ਨਿਊਜ਼ ਚੈਨਲ ਸਿੱਖ ਨਿਊਜ਼ ਐਕਸਪ੍ਰੈਸ ਸਾਲ 2015 ਤੋਂ ਲਗਾਤਾਰ ਨਿਡਰ ਤੇ ਨਿਰਪੱਖ ਤਰੀਕੇ ਨਾਲ ਭਾਈਚਾਰੇ ਦੀ ਸੇਵਾ ਕਰਦਿਆਂ ਆਵਾਜ਼ ਬੁਲੰਦ ਕਰ ਰਿਹਾ ਹੈ। ਸਿੱਖ ਨਿਊਜ਼ ਐਕਸਪ੍ਰੈਸ ਦੀ ਨਿਰਪੱਖ ਪੱਤਰਕਾਰਤਾ ਨੂੰ ਸਪੋਰਟ ਕਰਨ ਲਈ ਸਕਰੀਨ ਤੇ ਦਿੱਤੇ QR ਕੋਡ ਨੂੰ ਸਕੈਨ ਕਰਕੇ ਪੇ ਕਰ ਸਕਦੇ ਹੋ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।